ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦਿਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤਵੇਲਿਓ ਦੋ ਖਬਰਾਂ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕੇ ਹਾਂ ਬਹੁਤ ਵਡੀਆਂ ਖਬਰਾਂ ਨੇ ਔਰ ਇਹਦੇ ਵਿੱਚ ਕਾਫੀ ਚੀਜ਼ਾਂ ਤੁਹਾਨੂੰ ਮਿਲਣਗੀਆਂ ਕਿ ਮਨਜ਼ਰਨਾਮਾ ਕੀ ਹੈ ਚੀਜ਼ਾਂ ਹੁਣ ਬੜੀਆਂ ਤੇਜ਼ੀ ਦੇ ਨਾਲ ਅੱਗੇ ਚੱਲ ਰਹੀਆਂ ਕਿਉਂਕਿ ਅਸੀਂ ਤੁਹਾਨੂੰ ਕਿਹਾ ਸੀ ਕਿ ਅਗਸਤ ਦੇ ਵਿੱਚ ਚੀਜ਼ਾਂ ਅੱਗੇ ਜਾਣਗੀਆਂ ਤੁਹਾਨੂੰ ਬੜਾ ਕੁਝ ਵੇਖਣ ਨੂੰ ਮਿਲੇਗਾ ਔਰ ਤੁਹਾਡੀ ਤਵੱਜਹ ਜਿਹੜੀ ਹੈ ਇਹ ਅਗਸਤ ਦਾ ਮਹੀਨਾ ਹਾਸਲ ਕਰੇਗਾ ਉਹ ਤੇ ਸਾਡੀ ਤਵਕਕੁਆਤ ਦੇ ਮੁਤਾਬਕ ਅਗਸਤ ਦੇ ਮਹੀਨੇ ਨੇ ਤੁਹਾਡੀ ਤਵੱਜਹ ਜਿਹੜੀ ਉਹ ਹਾਸਲ ਕਰ ਲਈ ਔਰ ਬੜੇ ਲੋਕ ਕਹਿੰਦੇ ਨੇ ਕਿ ਹਜੇ ਤੱਕ ਫੜਿਆ ਕਿਉਂ ਨਹੀਂ ਗਿਆ ਔਰ ਅਸੀਂ ਹਮੇਸ਼ਾ ਉਹਨਾਂ ਨੂੰ ਕਹਿੰਨੇ ਆ ਕਿ ਯਾਰ ਫੜਿਆ ਨਾ ਵੀ ਜਾਏ ਇਹ ਜੋ ਕੁਝ ਹੋ ਰਿਹਾ ਹੈ ਇਹ ਨਹੀਂ ਚੰਗਾ ਸਭ ਤੋਂ ਇਹ ਜ਼ਿਆਦਾ ਬਿਹਤਰ ਨਹੀਂ ਮਤਲਬ ਹੈ ਫੜਨਾ ਕੀ ਇਹ ਕੰਮ ਠੀਕ ਹੈ ਇਹ ਮੇਰੀ ਜ਼ਾਤੀ ਰਾਏ ਆ ਲੇਕਿਨ ਫੜੇ ਤੇ ਉਹਨੇ ਜਾਣਾ ਹੀ ਹੈ ਨਾ ਤੇ ਇਸ ਵਾਸਤੇ ਤੁਸੀਂ ਸਬਰ ਕਰਿਆ ਕਰੋ ਪਿੱਛੇ ਬੜੀਆਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ ਬੜੇ ਮਹਾਜ਼ਾਂ ਤੇ ਕੰਮ ਹੋ ਰਿਹਾ ਹੁੰਦਾ ਇਹ ਪਾਕਿਸਤਾਨ ਇਹ ਬੜਾ ਮੁਸ਼ਕਲ ਮੁਲਕ ਚਲਾਉਣ ਵਾਸਤੇ ਇਸ ਵਾਸਤੇ ਸੌੜੇ ਨਾ ਪਵਿਆ ਕਰੋ ਬੇਸ਼ਵਾਰ ਸ਼ਰੀਫ ਇੰਜ ਕਰ ਰਿਹਾ ਹੈ ਜ਼ਰਦਾਰੀ ਇੰਜ ਕਰ ਰਿਹਾ ਕੋਈ ਵੀ ਕੁਝ ਨਹੀਂ ਕਰ ਰਿਹਾ ਖਮੋਸ਼ੀ ਦੇ ਨਾਲ ਬੜਾ ਕੁਝ ਹੋ ਰਿਹਾ ਆਸਤਾ 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 ਉਹਨਾਂ ਨੇ ਇਹਨੂੰ ਇੱਥੋਂ ਕੱਢਣਾ ਹੈ ਔਰ ਆਪਣਾ ਆਪ ਵੀ ਬਚਾਣਾ ਹੈ ਇਹ ਸਾਰੀਆਂ ਤੁਹਾਨੂੰ ਨਹੀਂ ਪਤਾ ਸਿਆਸਤ ਬੜਾ ਅਜੀਬ ਖੇਲ ਹੈ ਤੇ ਇਸ ਵਾਸਤੇ ਅੱਜ ਦੋ ਖਬਰਾਂ ਤੁਹਾਡੇ ਕੋਲ ਲੈ ਕੇ ਆ ਰਹੇ ਹਾਂ ਪਹਿਲੀ ਖਬਰ ਇਹ ਕਿ ਪਾਕਿਸਤਾਨੀਆਂ ਵਾਸਤੇ ਬਹੁਤ ਵੱਡੀਆਂ ਖੁਸ਼ਖਬਰੀਆਂ ਜਿਹੜੀਆਂ ਤੁਹਾਨੂੰ ਦੱਸਣੀਆਂ ਹਨ اور عمران خان ਆਸਤੇ ਬਹੁਤ ਬੁਰੀਆਂ ਖਬਰਾਂ ਨੇ ਜਿਹੜੀਆਂ ਤੁਹਾਨੂੰ ਦੱਸਣੀਆਂ ਨੇ ਮੰਜਰਨਾਮਾ ਪੇਸ਼ ਕਰਨਾ ਮਿੱਠਾ ਜੀ ਤੇ ਤਵਜੋ ਤੁਹਾਡੀ ਪੂਰੀ ਚਾਹੀਦੀ ਹੈ ਸਜੇ ਖਬੇ ਮੈਂ ਤੁਹਾਨੂੰ ਨਹੀਂ ਜਾਣ ਦੇਣਾ ਇਹ ਤੁਸੀਂ ਆਪਣਾ ਸਮਝ ਲਓ ਖੁਸ਼ਖਬਰੀਆਂ ਕੀ ਨੇ ਸਾਨੂੰ ਪਿਛਲੇ ਕਈ ਹਫ਼ਤਿਆਂ ਤੋਂ ਬੜੇ ਮਿੱਠੇ ਔਰ ਮਿੱਠੀਆਂ ਮੈਸੇਜ ਕਰਦੇ ਨੇ ਜੀ ਬਿਜਲੀ ਦੇ ਬਿੱਲਾਂ ਦੇ ਵਿੱਚ ਜਿਹੜੇ ਸਰਚਾਰਜ ਲੱਗੇ ਨੇ ਨਾ ਇਹ ਖਤਮ ਕਰਾ ਦੇ ਯਾਨੀ ਕਿ ਕਿਸੇ ਦਾ ਅਗਰ ਬਿਜਲੀ ਦਾ ਬਿੱਲ 5000 ਆਇਆ ਤੇ ਉੱਤੇ 10000 ਸਰਚਾਰਜ ਆਏ ਨੇ ਉਹ ਜਿਹੜਾ ਨਿਆਜ਼ੀ ਪਾਲਿਸੀ ਬਣਾ ਕੇ ਗਿਆ ਆਲਮੀ مالیاتی ادارے ਦੇ ਨਾਲ ਤੇ ਇਹ ਸਾਰਾ ਕੁਝ ਨੇ ਪਵਾ ਦਿੱਤਾ ਵਿੱਚ ਅਸੀਂ ਵੀ ਬڑے ਖਤ ਲਿਖੇ ਫੋਨ ਵੀ ਕੀਤੇ ਔਰ ਅੱਜ ਹਕੂਮਤ-ਏ-ਪਾਕਿਸਤਾਨ ਨੇ ਸਾਡੀ ਵੀ ਗੱਲ ਮੰਨ ਲਈ ਤੇ ਤੁਹਾਡੀਆਂ ਦੁਆਵਾਂ ਵੀ ਕਬੂਲ ਕਰ ਲਈਆਂ ਉਹਨਾਂ ਨੇ ਇਹ ਤਕਰੀਬਨ ਪੌਣੇ 2 ਕਰੋੜ ਜਿਹੜੇ ਸਰਫੀਨ ਨੇ ਪਾਕਿਸਤਾਨ ਦੇ ਯਾਨੀ ਕਿ ਪੌਣੇ 2 ਕਰੋੜ ਘਾਰ ਦੇ ਜਿਹੜੇ ਮੀਟਰ ਨੇ ਇਹਦੇ ਸਰਫੀਨ ਨੇ ਇਹ ਤਕਰੀਬਨ ਪੂਰਾ ਮੁਲਕ ਹੀ ਇਹਦੇ ਵਿੱਚ ਕਵਰ ਹੋ ਜਾਂਦਾ ਉਹਨਾਂ ਨੂੰ ਇਹ ਜਿਹੜੇ ਸਰਚਾਰਜ ਨੇ ਨਾ ਇਹ ਜਿਹੜੇ ਅਜੀਬੋ ਗਰੀਬ ਵਿੱਚ ਚਾਰਜ ਲਾਏ ਨੇ ਫਲਾਣਾ ਟੈਕਸ ਤੇ ਉਰਲਾ ਟੈਕਸ ਤੇ ਇਸ ਸਾਰੇ ਦੇ ਸਾਰੇ ਖਤਮ ਕਰ ਦਿੱਤੇ ਹਨ ਤੁਹਾਨੂੰ ਜਿਹੜਾ ਵੀ ਬਿੱਲ ਆਏ ਕਰੇਗਾ فرض ਕਰੋ 5000 ਤੁਸੀਂ ਬਿਜਲੀ ਇਸਤੇਮਾਲ ਕੀਤੀ 5000 ਰੁਪਏ ਦੀ ਤੇ 5000 ਰੁਪਏ ਬਿੱਲ ਆਏਗਾ ਜਾਓ ਅਸੀਂ ਵੀ ਤੁਹਾਡੇ ਆਸਤੇ ਬੜੀ ਕੋਸ਼ਿਸ਼ ਕੀਤੀ ਅਸੀਂ ਵੀ ਸ਼ਬਾਸ਼ ਸ਼ਰੀਫ ਸਾਹਿਬ ਨੂੰ ਬੜਾ ਕਿਹਾ ਵਜ਼ੀਰਾਂ ਨਾਲ ਬੜੇ ਸਿਰਖ ਪਾਏ ਤੇ ਆਖਰਕਾਰ ਤੁਹਾਡੀਆਂ ਦੁਆਵਾਂ ਕਬੂਲ ਹੋ ਗਈਆਂ ਤੇ ਸਾਡੀ ਕੋਸ਼ਿਸ਼ ਜਿਹੜੀ ਹੈ ਉਹ ਕਬੂਲ ਹੋ ਗਈ ਤੇ ਸਾਡਿਆਂ ਨੂੰ ਫਿਰ ਬੜੀਆਂ-ਬੜੀਆਂ ਮੁਬਾਰਕਾਂ ਤੁਹਾਨੂੰ ਇਹ ਤੇ ਹੋ ਗਈ ਇੱਕ ਖੁਸ਼ਖਬਰੀ ਦੂਸਰੀ ਖੁਸ਼ਖਬਰੀ ਜਿਹੜੀ ਜਨਾਬ ਪਾਕ ਫੌਜ ਜਿੰਨੂੰ ਸਲਾਮ ਸਾਡਾ ਕਤਰ ਦੇ ਵਿੱਚ ਜਿਹੜਾ ਫੁੱਟਬਾਲ ਵਰਲਡ ਕੱਪ ਹੋ ਰਿਹਾ ਉਹਦੇ ਵਿੱਚ ਬੜਿਆਂ ਮਾਲਕਾਂ ਨੇ ਉਹਨਾਂ ਨੇ ਟੈਂਡਰ ਕੀਤਾ ਕਿ ਅਸੀਂ ਇਹਦੀ ਸਿਕਿਉਰਿਟੀ ਦੇ ਮਤਲਬ ਦੇਣੀ ਆ ਤੇ ਠੇਕਾ ਦੇਣਾ ਹੈ ਅਰਬਾਂ ਰੁਪਏ ਦਾ ਉਹ ਠੇਕਾ ਤੇ ਸਾਰਿਆਂ ਮੁਲਕਾਂ ਨੇ ਉੱਥੇ ਆਪਣਾ-ਆਪਣਾ ਸਿਸਟਮ ਘੱਲਿਆ ਸੀ ਕਿ ਜੀ ਸਾਨੂੰ ਇਹ ਠੇਕਾ ਲੱਭੇ ਤੇਰੀ ਗੱਲ ਹੈ ਡਾਲਰ ਕਿਨੂੰ ਕਿਹੜੇ ਮੁਲਕ ਨੂੰ ਨਹੀਂ ਚਾਹੀਦੇ ਲੇਕਿਨ ਉਹਨਾਂ ਨੇ ਫੈਸਲਾ ਕੀਤਾ ਕਿ ਪਾਕਿਸਤਾਨ ਜਿਹੜਾ ਮੁਲਕ ਹੈ ਪਾਕਿਸਤਾਨ ਦੀ ਫੌਜ ਇੱਕ ਐਸੀ ਫੌਜ ਹੈ ਜਿਹੜੀ ਸਾਡੇ ਇਸ ਫੁੱਟਬਾਲ ਵਰਲਡ ਕੱਪ ਦੀ ਸਿਕਿਉਰਿਟੀ ਕਰੇਗੀ ਔਰ ਸਾਨੂੰ ਇਹਨਾਂ ਤੇ ਅੰਦਾ ਯਕੀਨ ਹੈ ਔਰ ਅਸੀਂ ਇਹ ਠੇਕਾ ਜਿਹੜਾ ਇਹ ਪਾਕਿਸਤਾਨ ਦੀ ਫੌਜ ਨੂੰ ਦੇਨੇ ਆ ਔਰ ਮੈਂ ਸਲਾਮ ਪੇਸ਼ ਕਰਨਾ ਪਾਕਿਸਤਾਨ ਦੀ ਫੌਜ ਨੂੰ ਚੀਫ ਆਫ ਆਫਰਮੀ ਸਟਾਫ ਨੂੰ ਔਰ ਇਹ ਐਸੀ ਫੌਜ ਹੈ ਜਿਹਦੀਆਂ ਪੂਰੀ ਦੁਨੀਆ ਦੇ ਵਿੱਚ ਤੁਮਾਂ ਨੇ ਲੇਕਿਨ ਚੰਦ ਦੋ ਚਾਰ ਦਰਜਨ ਪਾਕਿਸਤਾਨ ਦੇ ਵਿੱਚ ਇਹ ਜਿਹੜੇ ਲੋਕ ਨੇ ਇਮਰਾਨ ਖਾਨ ਔਰ ਉਹਦੇ ਸਾਥੀ ਇਹ ਪਤਾ ਨਹੀਂ ਕਿਉਂ ਸਾਡੀ ਫੌਜ ਦੇ ਪਿੱਛੇ ਪੈ ਗਏ ਨੇ ਔਰ ਮੈਂ ਇਹਨਾਂ ਦੀ ਮਜ਼ਮਤ ਕਰਨਾ ਔਰ ਮੈਂ ਸਮੀਨਾ ਕਸ਼ਬਾ ਸ਼ਰੀਫ ਸਾਹਿਬ ਔਰ ਬਾਜਵਾ ਸਾਹਿਬ ਤੁਸੀਂ ਇਹ ਬਹੁਤ ਵੱਡਾ ਮਾਰਕਾ ਮਾਰਿਆ ਪਾਕਿਸਤਾਨ ਦਾ ਨਾਮ ਰੋਸ਼ਨ ਕੀਤਾ ਕਿ ਪਤਾ ਨਹੀਂ 50 ਮੁਲਕਾਂ ਨੇ ਉੱਥੇ ਅਪਲਾਈ ਕੀਤਾ ਅਸੀਂ ਉਹਦੇ ਵਿੱਚੋਂ ਪਾਕਿਸਤਾਨ ਦੇ ਨਾਮ ਤੇ ਨਿਕਲਿਆ ਕਿ ਇਹ ਐਸੀ ਫੌਜ ਹੈ ਜਿਹੜੀ ਹਫਾਜ਼ਤ ਕਰੇਗੀ ਤੇ ਪਾਕ ਫੌਜ ਦੇ ਹਰ ਸਿਪਾਹੀ ਨੂੰ ਹਰ ਕਪਤਾਨ ਨੂੰ ਜਰਨੈਲ ਨੂੰ ਜਿੰਨੇ ਵੀ ਤੁਸੀਂ ਆਓ ਤੁਹਾਡੇ ਉਹਦੇ ਹੁੰਦੇ ਨੇ ਸਾਰਿਆਂ ਨੂੰ ਸਿਆਸੀ ਦੇ ਨਾਲੋਂ ਬੜਾ-ਬੜਾ ਸਲਾਮ ਤੁਸੀਂ ਸਾਡਾ ਸਰ ਜਿਹੜਾ ਫਖਰ ਦੇ ਨਾਲ ਬਲੰਦ ਕਰ ਦਿੱਤਾ ਹੈ ਕਿ ਕਿਉਂਕਿ ਤੁਸੀਂ ਇੱਕ ਬੜੇ ਪ੍ਰੋਫੈਸ਼ਨਲ ਜਿਹੜੇ ਆ ਸਿਪਾਈ ਹੋ ਔਰ ਅਫਸਰ ਔਰ ਸਾਰਾ ਕੋਸ਼ ਔਰ ਅਸੀਂ ਤੁਹਾਡੇ ਨਾਲ ਆ ਇਹ ਤੇ ਦੋ ਖੁਸ਼ਖਬਰੀਆਂ ਜਿਹੜੀਆਂ ਨੇ ਇਹ ਤੁਹਾਨੂੰ ਅਸਾਂ ਸੁਣਾ ਦਿੱਤੀਆਂ ਹੁਣ ਆਜੋ ਜਨਾਬ ਖਾਨ ਸਾਹਿਬ ਦੇ ਬਾਰੇ ਬੁਰੀਆਂ ਖਬਰਾਂ ਬੁਰੀਆਂ ਹੀ ਬੁਰੀਆਂ ਖਬਰਾਂ ਨੇ ਜਿਵੇਂ ਜਿਵੇਂ ਦਿਨ ਗੁਜ਼ਰ ਰਹੇ ਨੇ ਨਵੇਂ ਤੋਂ ਨਵੇਂ ਕੇਸ ਜਿਹੜੇ ਨੇ ਉਹ ਖੁੱਲਦੇ ਜਾ ਰਹੇ ਨੇ ਮੈਂ ਤੁਹਾਨੂੰ ਕਹਿ ਰਿਹਾ ਪਿਛਲੇ 6-8 ਮਹੀਨੇ ਤੋਂ ਕਿ ਜਿਸ ਦਿਨ ਇੱਕ ਕੁਰਸੀ ਤੋਂ ਲਵੇਗਾ ਔਰ ਕੋਈ ਬੰਦੇ ਕੰਮ ਕਰਨ ਵਾਲੇ ਇਹਦੀ ਤਹਿਕੀਕਾਤ ਕਰਨ ਦੇ ਤੇ ਇੱਟ ਪੁੱਟੋਗੇ ਤੇ ਵਿੱਚੋਂ ਨਿਆਜ਼ੀ ਔਰ ਗੋਗੀ ਨਿਕਲਣਗੇ ਉਹ ਹੁਣ ਵਕਤ ਆ ਰਿਹਾ ਤੁਸੀਂ ਕਹਿੰਦੇ ਹੋ ਨਾ ਕੁਝ ਨਹੀਂ ਹੋ ਰਿਹਾ ਪਿੱਛੇ ਪਰਦੇ ਦੇ ਪਿੱਛੇ ਬੜਾ ਕੁਝ ਹੋ ਰਿਹਾ ਸਾਨੂੰ ਪਤਾ ਹੈ ਸਾਨੂੰ ਨਜ਼ਰ ਆਉਂਦਾ ਤੁਹਾਨੂੰ ਨਜ਼ਰ ਨਹੀਂ ਆਉਂਦਾ ਅਸੀਂ ਫਿਰ ਤੁਹਾਨੂੰ ਦੱਸਨੇ ਆਂ ਹੁਣ ਜਨਾਬ ਬੁਰੀਆਂ ਖਬਰਾਂ ਕੀ ਨੇ ਇਹ ਕੇਸ ਤੇ 7 8 ਚੱਲ ਹੀ ਰਹਿ ਨੇ ਤੁਹਿੰਨੇ ਅਦਾਲਤ ਵਾਲੇ ਤੇ ਫਲਾਣੇ ਦੇ ਫਾਰਨ ਫੰਡਿੰਗ ਤੇ ਤੋਸ਼ਾਖਾਨਾ ਤੇ ਇਹ ਤੇ ਉਹ ਸਭ ਚੱਲ ਰਿਹਾ ਇਹਦੇ ਚ ਬਚ ਨਹੀਂ ਸਕਦਾ ਹੁਣ ਨਵਾਂ ਕੀ ਸਿਸਟਮ ਆ ਗਿਆ ਨੈਬ ਚੇਅਰਮੈਨ ਹਰਕਤ ਦੇ ਵਿੱਚ ਆ ਚੁੱਕਿਆ ਨੈਬ ਚੇਅਰਮੈਨ ਸਾਹਿਬ ਜਿਹੜੇ ਖਾਲਦ ਸੁਲਤਾਨ ਉਹ ਨਜ਼ਰ ਆਏ ਉਹ ਆ ਗਏ ਨੇ ਹਰਕਤ ਵਿੱਚ ਪੂਰਾ ਅੰਜਨਾਨਾ ਸ਼ਬਸ਼ਪਾ ਖੋਲ ਲਿਆ ਬਹੁਤ ਕੰਮ ਕਰਨ ਵਾਲਾ ਔਰ ਇਮਾਨਦਾਰ ਅਫਸਰ ਹੈ ਉਹਨੇ ਆਂਦੇ ਨਾਲ ਸਭ ਤੋਂ ਪਹਿਲੇ ਇਮਰਾਨ ਖਾਨ ਸਾਹਿਬ ਦਾ ਜਿਹੜਾ ਹੈਲੀਕਾਪਟਰ ਕੇਸ ਸੀ 2014 ਵਾਲਾ ਜਿਹਨੂੰ ਫਿਰ ਠੱਪ ਦਿੱਤਾ ਗਿਆ ਉਹ ਜਦੋਂ ਨਾਇਬ ਨੇ ਖੋਲਿਆ ਉਸ ਤੋਂ ਬਾਅਦ ਸਾਖਿਬ ਅਨਸਾਰ ਨੇ ਉਠਪਾ ਦਿੱਤਾ ਕਿ ਇਹ ਨਹੀਂ ਖੋਲਣਾ ਉਹਨੇ ਆਂਦੇ ਹੀ ਹੁਣ ਖੋਲ ਦਿੱਤਾ ਉਹਦੇ ਵਿੱਚ ਇਮਰਾਨ ਖਾਨ ਦੇ ਜ਼ਿੰਮੇ ਕੀ ਲੱਗਾ ਇਮਰਾਨ ਖਾਨ ਸਾਹਿਬ ਨੇ ਪਖਤੂਨ ਹਦੀ ਹਕੂਮਤ ਦਾ ਹੈਲੀਕਾਪਟਰ ਇਸਤੇਮਾਲ ਕੀਤਾ ਖਿਲਾਫ ਕਾਨੂੰਨ ਕਾਨੂੰਨ ਇਹਦੀ ਇਜਾਜ਼ਤ ਨਹੀਂ ਦਿੰਦਾ ਉਹਦੇ ਵਿੱਚ ਖਾਨ ਸਾਹਿਬ ਨੇ ਨੁਕਸਾਨ ਕਿੰਨਾ ਕੀਤਾ 34 ਕਰੋੜ ਰੁਪਇਆ ਖਾਨ ਸਾਹਿਬ ਦੇ ਜ਼ਿਮੇ ਬਣਦਾ ਹੈ ਜਿਹੜਾ ਇਹਨਾਂ ਹੈਲੀਕਾਪਟਰ ਇਸਤੇਮਾਲ ਕੀਤਾ ਕਿੰਨੇ ਘੰਟੇ ਕੀਤਾ ਇਸਤੇਮਾਲ 166 ਘੰਟੇ ਗੈਰ ਕਾਨੂੰਨੀ ਤੌਰ ਤੇ ਡੰਕੇ ਦੀ ਚੌੜ ਤੇ ਪ੍ਰੈਸ਼ਰ ਪਾ ਕੇ ਪਖਤੂਨ ਹਾ ਦੀ ਹਕੂਮਤ ਦਾ ਹੈਲੀਕਾਪਟਰ ਜਿਹੜਾ ਇਹ ਖਾਨ ਸਾਹਿਬ ਨੇ ਇਸਤੇਮਾਲ ਕੀਤਾ ਜਦੋਂ ਪਖਤੂਨ ਹਾ ਦੇ ਵਿੱਚ ਪਹਿਲੀ ਹਕੂਮਤ ਸੀ ਇਹਨਾਂ ਦੀ ਬਗੈਰ ਇਹਦੇ ਕੋਈ ਯੋਧਾ ਨਹੀਂ ਸੀ ਕੋਈ ਚੱਕਰ ਨਹੀਂ ਸੀ ਲੇਕਿਨ ਇਹਨੇ ਉਹਨਾਂ ਨੂੰ ਡਰਾ ਧਮਕਾ ਕੇ ਕਿ ਮੈਂ ਤੁਹਾਡਾ ਲੀਡਰ ਹਾਂ ਤੇ ਇਹ ਮੇਰੇ ਆਸਤੇ ਇਸਤੇਮਾਲ ਰੱਖਵੇਦਾ ਉਹ ਜਨਾਬ 34 ਕਰੋੜ ਰੁਪਇਆ ਇਹ ਦੇয়াল ਨਵੀਂ ਇਨਕੁਆਰੀ ਜਿਹੜੀ ਉਹ ਬਣਦੀ ਹੈ ਇੱਕ ਦੋ ਦਿਨਾਂ ਦੇ ਵਿੱਚ ਇਹਨੂੰ ਨੋਟਿਸ ਜਿਹੜਾ ਉਹ ਮਿਲ ਜਾਣਾ ਉਸ ਤੋਂ ਬਾਅਦ ਜਨਾਬ ਜੀ ਅੱਲਾ ਤੁਹਾਡਾ ਪਲਾ ਕਰੇ 28T ਪਸ਼ਾਵਰ ਮੈਟਰ ਅਸੀਂ ਬੜੀ ਦੇਰ ਦਾ ਕਹਿ ਰਹੇ ਹਾਂ ਕਿ ਖਾਨ ਨੇ ਬੜੀ ਕੈਸ਼ ਖਾਧੀ ਜੇ ਫੜੋ ਸੋ 32 ਅਰਬ ਤੇ 86 ਕਰੋੜ ਰੁਪਈਆ ਸਿੱਕਾ ਰਾਜਲ ਵਕਤ ਇਮਰਾਨ ਖਾਨ ਨੇ ਉੱਥੋਂ ਲੈ ਕੇ ਖਾਧਾ ਉਹ 32 ਅਰਬ ਰਿਓੜੀਆਂ ਨਹੀਂ 32 ਅਰਬ ਰੁਪਈਆ ਤੇ ਨਾਲ 86 ਕਰੋੜ ਵੀ ਉਹਦੇ ਵਿੱਚੋਂ ਲੈ ਕੇ ਤੇ ਖਾਧਾ ਤੇ ਫੁੱਲ ਮਜ਼ੇ ਲੈਨੇ ਨਾਲ ਸਜਣਾ ਯਾਰਾਂ ਨੂੰ ਵੀ ਖਵਾਇਆ ਪਾਰਟੀਆਂ ਨਹੀਂ ਕਰਨੀਆਂ ਹੁੰਦੀਆਂ ਇਹ ਜਨਾਬ ਦੋ ਰੈਫਰੈਂਸ ਜਿਹੜੇ ਨੇ ਇਹ ਅੱਜ ਜਾਂ ਕੱਲ੍ਹ 'ਚ ਖਾਨ ਸਾਹਿਬ ਦੇ ਘਰ ਨੋਟਿਸ ਪਹੁੰਚ ਜਾਣ ਨੇ ਕਿ 32 ਅਰਬ 86 ਕਰੋੜ ਪਸ਼ਾਵਰ ਮੈਟਰੋ ਦਾ ਖਾਨ ਸਾਹਿਬ ਦੇ ਦਿਓ ਜ਼ਹਿਰੀ ਗੱਲ ਹੈ ਜਿਨ੍ਹਾਂ ਨੇ ਦਿੱਤੇ ਨੇ ਉਹਨਾਂ ਦੱਸਿਆ ਕਿ ਭਾਈ ਉਹ ਉੱਥੇ ਪੈਸੇ ਗਏ ਜੇ ਜਾ ਕੇ ਚੈੱਕ ਕਰੋ ਨਾ ਚੈੱਕ ਕੀਤਾ 32 ਅਰਬ 86 ਕਰੋੜ ਰੁਪਇਆ ਪਸ਼ਾਵਰ ਮੈਟਰੋ ਚ ਨਿਆਜ਼ੀ ਨੇ ਖਾਧਾ ਔਰ ਕੁੱਲੋਂ ਹਮ ਖਦਾ ਔਰ ਫਿਰ ਸਜਨਾ ਨੂੰ ਵੀ ਖਵਾਇਆ ਤੇ 34 ਕਰੋੜ ਰੁਪਈਆ ਜਿਹੜਾ ਉਹ ਹੈਲੀਕਾਪਟਰ ਕੇਸ ਵਾਲਾ 166 ਘੰਟੇ ਉਹਨੂੰ ਇਸਤੇਮਾਲ ਕੀਤਾ ਗਿਆ ਜਿਵੇਂ ਰੱਖਸ਼ਾ ਯੂਜ਼ ਕਰੀ ਦਾ ਲਾਹੌਰ ਦੀਆਂ ਗਲੀਆਂ ਚ ਤੇ ਇਹ ਜਨਾਬ ਦੋ ਰੈਫਰੈਂਸ ਜਿਹੜੇ ਨੇ ਇਹ ਚੇਅਰਮੈਨ ਨਾਇਬ ਸਾਹਿਬ ਨੇ ਇਤਿਆਰ ਕਰ ਲਏ ਨੇ ਅੱਜ ਜਾਂ ਕੱਲ ਦੇ ਵਿੱਚ ਇਹਦੇ ਤੇ ਗੇਮ ਸ਼ੁਰੂ ਹੋ ਜਾਏਗੀ ਉਸ ਤੋਂ ਬਾਅਦ ਬਿਲੀਅਨ ਟਰੀ ਸੁਨਾਮੀ ਸ਼ੁਰੂ ਹੋਏਗਾ ਉਸ ਤੋਂ ਬਾਅਦ ਪਤਾ ਨਹੀਂ ਕੀ ਕੀ ਸ਼ੁਰੂ ਹੋਣਾ ਜੋ ਮੈਂ ਤੁਹਾਡੇ ਅੱਗੇ ਵਾਅਦਾ ਕੀਤਾ ਸੀ ਇਨੇ ਕੇਸ ਨਿਕਲਣਗੇ ਕਿ ਤੁਸੀਂ ਕੰਨਾਂ ਨੂੰ ਹੱਥ ਲਾਓਗੇ ਔਰ ਤੋਬਾ ਕਰ ਜਾਓਗੇ ਔਰ ਅਸਤਖਫਾਰ ਪੜੋਗੇ ਬਹੁਤ ਸ਼ੁਕਰੀਆ